ਜੰਗਵਾ ਆਨ ਰਸਾ ਜੇ ਤੇ ਤੈ ਚਾਕੇ ਨਿਮਕ ਨ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੈ ਵਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਤ ਰਾਤੀ ਹੋਏ ਤ੍ਰਿਪਤਾਰੀ ਰਹਾਓ 헤 ਜਿਹਵੇ ਤੂ ਰਾਮ ਗੁਣ ਗਾਓ ਨਿਮਕ ਨਿਮਕ ਹਰ 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 ਧਿਆਓ ਆਨਨ ਸੁਣੀਐ ਕਤਹੂ ਜਾਈਐ ਸਦ ਸੰਗਤ ਵੱਡ ਭਾਗੀ ਪਾਈ ਐ ਆਠ ਪਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਇਹਾ ਉਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸ ਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਤੀ ਬਹੁਰ ਨ ਛੋਡੇ ਆਨ ਨਰਸ ਕਸ ਲਵੈ ਨ ਲਾਈ ਕਹ ਨਾਨਕ ਗੁਰ ਭੈ ਹੈ ਸਹਾਈ ਬਨਸ ਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਾਤੀ ਬਹਰ ਨ ਛੋੜੈ ਆਨੰਨ ਰਸ ਕਸ ਲਵੈ ਨ ਲਾਈ ਕਹ ਨਾਨਕ ਗੁਰ ਪੈ ਹੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ शिवकजनमान परतख गुरु निस्तारे वाणी बिरलो विचारसि ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸੰਜੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਰਾਜ਼ਮਾਨ ਬਹੁਤ ਹੀ ਸਨਮਾਨਯੋਗ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਵਡਭਾਗੇ ਹੋ ਜੋ ਇਸ ਪਦਾਰਥਵਾਦੀ ਮਾਹੌਲ ਵਿੱਚੋਂ ਸਮਾ ਕੱਢ ਕੇ ਗੁਰੂ ਚਰਨਾਂ ਵਿੱਚ ਬਰਾਜਮਾਨ ਹੋ ਕੇ ਉਹਨਾਂ ਪਾਵਨ ਪੰਕਤੀਆਂ ਨੂੰ ਮੂਰਤੀ ਮਾਨ ਕਰ ਰਹੇ ਹੋ ਜਿਦੇ ਵਿੱਚ ਸਤਿਗੁਰੂ ਜੀ ਪ੍ਰੇਰ ਕੇ ਇਹ ਗੱਲ ਕਹਿੰਦੇ ਨੇ ਇਹ ਮਿੱਤਰਾ ਤੇਰੀ ਆਤਮਾ ਦੀ ਖੁਰਾਕ ਵਾਸਤੇ ਜਿਸ ਥਾਲ ਨੂੰ ਪਰੋਸਣ ਲਈ ਮੈਂ ਆਪਣੇ ਪ੍ਰਾਣਾ ਦੀ ਅਹੂਤੀ ਤੱਕ ਦੇ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਮਿਲਗੋਬਾ ਨਹੀਂ ਹੋਣ ਦਿੱਤਾ ਬੇਸ਼ੱਕ ਵਕਤ ਦੀ ਜ਼ਲਾਲ ਬਾਦਸ਼ਾਹੀਤ ਨੇ ਗੁਰੂ ਅਰਜਨ ਸਾਹਿਬ ਤੇ ਇਹ ਪ੍ਰੈਸ਼ਰ ਪਾਇਆ ਵੀ ਜੋ ਤੁਸੀਂ ਪੋਥਾ ਸਾਹਿਬ ਨਿਰੋਪਣ ਕੀਤੇ ਨੇ ਉਹਨਾਂ ਵਿੱਚ ਕੁਝ ਬਾਦਕਾਟ ਕੀਤੀ ਜਾਵੇ ਪਰ ਜਿਸ ਤਰ੍ਹਾਂ ਸਿਆਣੀ ਮਾਂ ਬਿਨਾ ਕਿਸੇ ਭੈ ਦੇ ਬਿਨਾ ਕਿਸੇ ਲਾਲਚ ਦੇ ਜਿਹੜੀ ਆਪਣੇ ਪੁੱਤਰ ਲਈ ਖੁਰਾਕ ਵਾਸਤੇ ਥਾਲ ਪਰੋਸਦੀ ਏ ਉਹ ਕਿਸੇ ਕੀਮਤ ਤੇ ਉਹਦੇ ਵਿੱਚ ਜ਼ਹਿਰ ਮਲਾਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੀ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਰੇਰੀ ਮਹਿਲਾ ਪੰਜਵਾ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਸ਼ਬਦ ਸਰਲੇਖ ਗੌੜੀ ਗੁਆਰੇਰੀ ਮਹਿਲਾ ਪੰਜਵਾਂ ਗੁਰਸਵਾਰਿਓ ਆਪ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਪਤਾ ਹੈ ਵੀ ਇਹ ਰਾਗ ਹੈ ਪਰ ਇਹ ਵਿਦਤ ਰਵੇ ਵੀ ਗੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਕਿਸਮ ਦੀ ਨਹੀਂ لہذا ਇਹ ਜਿਹੜਾ ਸ਼ਬਦ ਹੈ ਇਹ ਗੌੜੀ ਦੀਆਂ ਕਈ ਕਿਸਮਾਂ ਚੋਂ ਗੌੜੀ ਗੁਆਰੇਰੀ ਹੈ ਇਹ ਆਪਣਾ ਆਪਣੇ ਆਪ ਚ ਇੱਕ ਵੱਖਰਾ ਵਿਸ਼ਾ ਹੈ। ਇਹਦੀ ਅਹਿਮੀਅਤ ਕੀ ਏ? ਇੱਕ ਤੇ ਬੇਨਤੀ ਸਮਝ ਲਓ ਵੀ ਗੁਰੂ ਸਾਹਿਬ ਨੇ ਆਪਣਾ ਵੇਰਵਾ ਬਾਅਦ ਵਿੱਚ ਪਾਇਆ ਹੈ। ਇਹ ਬਾਣੀ ਮੈਂ ਪਹਿਲੇ ਸਰੀਰ ਵਿੱਚ ਉਚਾਰੀ, ਦੂਜੇ ਵਿੱਚ ਉਚਾਰੀ, ਤੀਜੇ, ਚੌਥੇ, ਪੰਜਵੇਂ ਜਾਂ ਨੌਵੇਂ ਵਿੱਚ ਉਚਾਰੀ। ਇਹ ਬਾਅਦ ਵਿੱਚ ਨਿਰੂਪਣ ਕੀਤਾ ਪਰ ਉਦੋਂ ਪਹਿਲਾਂ ਰਾਗ ਨੂੰ ਨਿਰੂਪਣ ਕਰ ਦਿੱਤਾ। ਇਹਦਾ ਮਤਲਬ ਰਾਗ ਦੀ ਬੜੀ ਮਹੱਤਵਤਾ ਹੈ। ਉਹ ਮਹੱਤਵਤਾ ਨੂੰ ਅਸੀਂ ਕਾਇਮ ਕਿਵੇਂ ਰੱਖਾਂਗੇ ਸਾਡੇ ਜਿਹੜੇ ਗੁਰੂ ਸWARE ਗੁਰੂ ਕੀ ਬਾਣੀ ਨੂੰ ਗਾਇਨ ਕਰਕੇ ਇਸ਼ਨਾਨ ਵਾਲੇ ਗੁਰਸਿੱਖ ਨੇ ਜਿਹੜੇ ਸਾਡੇ ਤੁਹਾਡੇ ਤੇ ਬੜਾ ਪਰਉਪਕਾਰ ਕਰਦੇ ਨੇ ਉਹ ਵੀ ਕੀ ਕਰਦੇ ਨੇ ਵੀ ਉਹ ਕਮਿਊਨਿਟੀ ਨੂੰ ਦੇਖਦੇ ਨੇ ਆਡੀਅנס ਨੂੰ ਦੇਖਦੇ ਨੇ ਬਹੁਤ ਜ਼ਿਆਦੀ ਸਖਤ ਮਿਹਨਤ ਕਰਕੇ ਕਲਾਸਿਕਲ ਰਾਗਾਂ ਵਿੱਚ ਤਿਆਰ ਕਰਨਾ ਫਿਰ ਗਾਣਾ ਤੇ ਸੰਗਤ ਜਿਹੜੀ ਹੈ ਉਹ ਰਿਸਪੌਂਸ ਵੀ ਨਾ ਦੇ ਇਦੇ ਨਾਲੋਂ ਚੰਗਾ ਹੈ ਵੀ ਜਿਹੜੀਆਂ ਹਲਕੀਆਂ ਫੁਲਕੀਆਂ ਤਰਜਾਂ ਨੇ ਜਿਹਦੇ ਤੇ ਸੰਗਤ ਝੂਮਦੀ ਏ ਉਹਨਾਂ ਨੂੰ ਤਿਆਰ ਕਰਕੇ ਸੁਣਾ ਦਈਏ ਔਰ ਏੰਗ ਲੱਗੇ ਨਾ ਫਟਕੜੀ ਰੰਗ ਵੀ ਚੋਖਾ ਤਾਂ ਅਸੀਂ ਗੁਰੂ ਕਾਲ ਵਿੱਚ ਜੇ ਵਾਪਸ ਜਾਣਾ ਚਾਹੁੰਨੇ ਆ ਤੇ ਸਾਨੂੰ ਆਡੀਅנס ਨੂੰ ਇਸ ਤਰ੍ਹਾਂ ਦੀ ਸੁਰਤ ਬਣਾਣੀ ਪੈਗੀ ਵੀ ਅਸੀਂ ਰਾਗਾਂ ਵਿੱਚ ਜਿਹੜੀ ਬਾਣੀ ਏ ਉਹਦੇ ਵਾਸਤੇ ਪ੍ਰੇਰੀਏ ਕੋਈ ਰਾਗੀ ਸਿੰਘ ਰਾਗ ਵਿੱਚ ਸ਼ਬਦ ਪੜ ਕੇ ਜਾਏ ਤੇ ਜਿਹੜਾ ਸਿਆਣਾ ਹੈ ਲਿਹਾਜ਼ਾ ਨੌਜਵਾਨ ਬੱਚੇ ਹੀ ਨੇ ਕੀਰਤਨ ਕਰਕੇ ਗਏ ਨੇ ਉਹਦੀ ਪਿੱਠ ਤੇ ਹੱਥ ਰੱਖੇ ਵੀ ਪੁੱਤਰ ਕੀਰਤਨ ਤੇ ਤੂੰ ਰੋਜ਼ ਹੀ ਬੜਾ ਸੋਹਣਾ ਕਰਨਾ ਹੈ ਅੱਜ ਬੜਾ ਆਨੰਦ ਉਹਨੂੰ ਪਤਾ ਲੱਗੇ ਵੀ ਇਹ ਲਾਈਕ ਕਰਦੇ ਨੇ ਉਹ ਤਿਆਰੀ ਕਰੇਗਾ ਇਹਨੂੰ ਅਸੀਂ ਕਸਬ ਕਹਿੰਦੇ ਆ ਇੱਕ ਕਸਬ ਹੁੰਦਾ ਹੈ ਇੱਕ ਵਟਸਐਪ ਹੁੰਦਾ ਮੈਂ ਮਾਫੀ ਮੰਗ ਕੇ ਵੈਸੇ ਬੇਨਤੀ ਕਰਦੇ ਆ ਤੁਸੀਂ ਕੌਮ ਦੇ ਵਾਰਿਸ ਹੋ ਹਾਲ ਦੀ ਘੜੀ ਵਿੱਚ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ-ਜਿੱਥੇ ਵੀ ਗੁਰਦੁਆਰਿਆਂ 'ਚ ਗਿਆ ਵਾਂ ਉੱਥੇ ਕਸਬ ਨਹੀਂ ਵਸਰਬਾ ਵਸਬ ਕਹਿੰਦੇ ਨੇ ਚਮਚਾਗਰੀ ਪੂਰਾ ਜਿਹੜਾ ਸਾਡਾ ਗਲਬਾ ਛਾਇਆ ਹੋਇਆ ਹੈ ਉਸ ਬੰਦੇ ਨੂੰ ਲਾਈਕ ਕੀਤਾ ਜਾਂਦਾ ਹੈ ਇੱਕ ਤੇ ਜਿਹੜਾ ਆਸਾ ਪਾਸਾ ਵੇਖ ਕੇ ਗੱਲ ਕਰੇ ਬਈ ਜੇ ਆਹ ਗੱਲ ਮੈਂ ਗੁਰਮਤ ਅਨਸਾਰ ਵੀ ਕੀਤੀ ਤੇ ਇਹਦਾ ਰਿਐਕਸ਼ਨ ਹੋ ਸਕਦਾ ਮੇਰਾ ਜ਼ਾਤੀ ਨੁਕਸਾਨ ਹੋ ਸਕਦਾ ਤੇ ਦੂਜਾ ਇਹ ਵੀ ਕੰਮ ਤੁਹਾਡਾ ਜਿੱਡਾ ਮਰਜੀ ਵਧੀਆ ਪਰ ਇੱਕ ਗੱਲ ਕਹਿ ਦੇਣੀ ਵੀ ਸਟੇਜ ਤੇ ਵਧੀਆ ਹੈਂਡਲ ਕਰਦਾ ਪਰ ਥੋੜਾ ਜਿਹਾ ਕੌੜਾ ਹੈ ਹੁਣ ਉਹ ਜਿਹੜੀ ਕੌੜੇ ਦੀ ਪਰਿਭਾਸ਼ਾ ਹੈ ਤੁਹਾਡੀ ਵਰਕਸ਼ਾਪ ਵਿੱਚ ਤਿਆਰ ਹੋਈ ਹੋ ਸਕਦਾ ਉਹ ਕੌੜਾ ਨਾ ਹੋਵੇ ਤੋਂ ਇੱਕ ਚੀਜ਼ ਇਹ ਜ਼ਰੂਰ ਕਮਿਊਨਿਟੀ ਨੂੰ ਧਿਆਨ ਦੇਣ ਦੀ ਲੋੜ ਹੈ ਵੀ ਅਸੀਂ ਕਸਬੇ ਦੇ ਗਾਕ ਬਣੀਏ ਤਾਂ ਕਿ ਵਸਬ ਕਟੇ ਇੱਕ ਤੇ ਗੱਲ ਇਹ ਵੀ ਰਾਗ ਜ਼ਰੂਰੀ ਹੈ ਇਸ ਲਈ ਮਹਾਰਾਜ ਨੇ ਆਪਣੇ ਤੋਂ ਵੀ ਪਹਿਲਾਂ ਨਿਰੋਪਣ ਕਰ ਦਿੱਤਾ ਦੂਜੀ ਬੇਨਤੀ ਕਰਦੇ ਹਾਂ ਵੀ ਰਾਗਾ ਨੂੰ ਲੈ ਕੇ ਇੱਕ ਪ੍ਰਿੰਸੀਪਲ ਹਰਪ੍ਰਿੰਨ ਸਿੰਘ ਗੁਰਪਰਵਾਸੀ ਚੰਡੀਗੜ੍ਹ ਵਾਲੇ ਜਿਹੜੇ ਸ਼ੀਰ ਸਿੱਖ ਮਿਸ਼ਨ ਦੀ ਕਾਲਜ ਦੇ ਪ੍ਰਿੰਸੀਪਲ ਰਹੇ ਨੇ ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਸਨ ਵੀ ਰਾਗ ਦੀ ਵਿਦਿਆ ਆ ਗਈ ਕਸਬ ਆ ਗਿਆ ਹੁਣ ਇੰਨਾ ਕੁ ਆਲਾਪ ਕਰਨਾ ਹੈ ਇੰਨੀ ਕੁ ਮੁਰਕੀ ਮਾਰਨੀ ਹੈ ਇੰਨੀ ਕੁ ਗਰਾਰੀ ਕਮਾਣੀ ਹੈ ਵੀ ਸ਼ਬਦ ਨੂੰ ਮਧੇਲ ਹੀ ਦੇਣਾ ਸਕੀਰਤਨ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ਬਦ ਦੀ ਵਰਡਿੰਗ ਕੀ ਹੈ ਉਹ ਕਹਿੰਦੇ ਹੁੰਦੇ ਸਨ ਇਹ ਵੀ ਰੋਂਗ ਹੈ ਤਾਂ ਇਹਨੂੰ ਆਪਣੀ ਬੋਲੀ ਤੇ ਸਮਝਣਾ ਆਵੇ ਤੇ ਇੰਜ ਸਮਝ ਲਓ ਵੀ ਤੁਸੀਂ ਖੀਰ ਬਣਾਈਏ ਵਿੱਚ ਡਰਾਈ ਫਰੂਟ ਵੀ ਪਾਇਆ ਔਰ ਤੁਸੀਂ ਕਿਸੇ ਗੈਸਟ ਨੂੰ ਕਹੋ ਵੀ ਭਾਈ ਸਾਹਿਬ ਖੀਰ ਬਣਾਈਏ ਤੁਹਾਨੂੰ ਛਕਾਣੀ ਏ ਤੇ ਬੁੱਕ ਕਰੋ ਉਹ ਬੁੱਕ ਕਰੇ ਤੁਸੀਂ ਕੜਛਾ ਪਰ ਕੇ ਪਾ ਦਿਓ ਉਹ ਔਖਾ ਸੌਖਾ ਹੋ ਕੇ ਖਾ ਵੀ ਲੇ ਪਰ ਉਹਦੇ ਮੁਕਾਬਲੇ ਤੇ ਤੁਸੀਂ ਸਾਫ ਸੁਥਰੇ ਬਰਤਨ ਵਿੱਚ ਉਹਨੂੰ ਪਾ ਕੇ ਔਰ ਉਹਦੇ ਵਿੱਚ ਚਮਚ ਰੱਖ ਦਿਓ ਔਰ ਕੁਝ ਪੇਪਰ ਵੀ ਰੱਖ ਦਿਓ ਵੀ ਜੇ ਕਿਤੇ ਕਿਸੇ ਕੇਸ ਤੇ ਕੋਈ ਸ਼ੈ ਲੱਗੇ ਤੇ ਪੁੱਝ ਲਵੇ ਉਹਨਾਂ ਦੂਹਾਂ 'ਚ ਬਹੁਤ ਜ਼ਿਆਦਾ ਫਰਕ ਹੈ ਤੋ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਪਦਾਰਥ ਦਿੱਤਾ ਉਹ ਗੁਰਬਾਣੀ ਰੂਪੀ ਹੈ ਪਰ ਉਹਨੂੰ ਸੰਗੀਤ ਤੇ ਬਰਤਨ ਵਿੱਚ ਪਰੋਸ ਕੇ ਦਿੱਤਾ ਹੈ ਸੰਗੀਤ ਬਰਤਨ ਹੈ ਮਿੱਤਰੋ ਬਰਤਨ ਸੋਨੇ ਦਾ ਹੋਵੇ ਚਾਂਦੀ ਦਾ ਹੋਵੇ ਬਰਤਨ ਨਾਲ ਭੁੱਖ ਨਹੀਂ ਮਿਟਦੀ ਭੁੱਖ ਬਰਤਨ ਦੇ ਵਿੱਚ ਜਿਹੜਾ ਪਦਾਰਥ ਹੈ ਉਹਦੇ ਨਾਲ ਦੂਰ ਹਾਂ ਬਰਤਨ ਦੀ ਇੰਪੋਰਟੈਂਸ ਜ਼ਰੂਰ ਹੈ ਸੁਭਦ ਹੈ ਸ਼ੌਕ ਹੈ ਔਰ ਹੱچھے ਢੰਗ ਨਾਲ ਛਕਿਆ ਜਾ ਸਕਦਾ ਹੈ ਇਹ ਥੋੜੀਆਂ-ਥੋੜੀਆਂ ਗੱਲਾਂ ਅਸੀਂ ਸਮਝਦੇ ਜਾਈਏ ਕਿਉਂਕਿ ਤਰੀਏ ਗੁਰ ਵਿਚਾਰ ਦਾ ਜਿਹੜਾ ਪਰਜੋਜਨ ਹੈ ਉਹ ਪਰਜੋਜਨ ਹੀ ਇਹ ਹੈ ਵੀ ਅਸੀਂ ਸਾਰੇ ਗੁਰੂ ਕੀ ਗੋਦ ਵਿੱਚ ਬੈਠ ਕੇ ਜਿੰਨੀ ਕੁ ਤੌਫੀਕ ਉਹਨੇ ਬਖਸ਼ਿਸ਼ ਕੀਤੀ ਹੈ ਇੱਥੇ ਬਸ ਨਹੀਂ ਇਹਦਾ ਕੋਈ ਅੰਤ ਨਹੀਂ ਅਗਾਧ ਬੋਧ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਪਰ ਜਿੰਨੀ ਕੁ ਸਮਰੱਥਾ ਉਹਨੇ ਬਖਸ਼ੀ ਏ ਜਦ ਲਗ ਦੁਨੀਆ ਰਹੀ ਏ ਨਾਨਕ ਕਿਛ ਸੁਣੀਏ ਕਿਛ ਕਹੀਏ ਤੋ ਗੌੜੀ ਗੁਆਰੇਰੀ ਮਹਿਲਾ ਪੰਜਵਾਂ ਛੇਟ ਲਿਖਿਆ ਸ਼ਬਦ ਗੌੜੀ ਗੁਆਰੇਰੀ ਰਾਗ ਵਿੱਚ ਗਾਇਨ ਕਰਨਾ ਹੈ ਔਰੇ ਪੰਜਵੇਂ ਪਾਤਸ਼ਾਹ ਦਾ ਬਚਨ ਹੈ ਹੁਣ ਹਜ਼ੂਰ ਰਹਾਉ ਵਾਲੀਆਂ ਪੰਕਤੀਆਂ ਚ ਬਖਸ਼ਿਸ਼ ਕਰ ਰਹੇ ਨੇ ਅੰਮ੍ਰਿਤ ਰਸਨਾ ਪੀਓ ਪਿਆਰੀ ਇਤ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਪਾਵ ਠਹਿਰੋ ਇਹਨੂੰ ਖਾਸ ਕਰਕੇ ਵਿਚਾਰੋ ਇਹ ਜਿਹੜੀ ਪੰਕਤੀ ਹੈ ਕਿਉਂਕਿ ਇਹਦੇ ਵਿੱਚ ਸੈਂਟਰਲ ਆਈਡੀਆ ਹੈ ਇਹਦੇ ਵਿੱਚ ਸਾਰਾਂਸ਼ ਹੈ ਤਾਂ ਅੰਮ੍ਰਿਤ ਸ਼ਬਦ ਜਿਹੜਾ ਹੈ ਇਹ ਕੌਮ ਵਿੱਚ ਖੰਡੇ ਦੀ ਪੌਲ ਵਾਸਤੇ ਵਰਤਿਆ ਗਿਆ ਜਿਹੜੀ ਪੰਜ ਪਿਆਰੇ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤਿਆਰ ਕਰਦੇ ਨੇ ਜਿਹਨੂੰ ਭਾਈ ਗੁਰਦਾਸ ਸਿੰਘ ਕਹਿੰਦੇ ਨੇ ਪੀਓ ਪਾਹੋਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਉਹਨੂੰ ਅੰਮ੍ਰਿਤ ਵੀ ਕਿਹਾ ਜਾਣ ਲੱਗ ਪਿਆ ਕੋਈ ਹਰਜ ਵੀ ਨਹੀਂ ਕਿਉਂਕਿ ਉਹ ਅੰਮ੍ਰਿਤ ਤੱਕ ਲੈ ਜਾਂਦਾ ਅੰਮ੍ਰਿਤ ਰਸਨਾ ਪੀਓ ਪਿਆਰੀ ਏ ਪਿਆਰੀ ਰਸਨਾ ਵੈਗਰੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਓ ਨਾਮ ਜਪੋ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਇਹ ਰਸ ਰਾਤੀ ਜੇ ਤੂੰ ਇਸ ਰਸ ਵਿੱਚ ਰਤੀ ਜਾ ਤੇ ਤੂੰ ਤ੍ਰਿਪਤ ਹੋ ਜਾਵੇਂਗੀ ਵਰਨਾ ਤੂੰ ਤ੍ਰਿਪਤ ਨਹੀਂ ਹੋਵੇਂਗੀ ਇਹ ਰਸ ਨਾਲ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਦਾਰਥ ਖਾ ਖਾ ਕੇ ਤੇ ਦੰਦ ਟੁੱਟ ਜਾਂਦੇ ਨੇ ਕੱਸ ਜਾਂਦੇ ਨੇ ਡੈਂਟਲ ਦੀ ਦੁਕਾਨ ਤੇ ਵੀ ਬੜੇ ਗੇੜੇ ਵੱਜਦੇ ਨੇ ਪਰ ਬਾਤ ਨਹੀਂ ਬਣਦੀ بڑے ਪਦਾਰਥ ਖਾਦੇ بڑے ਪਦਾਰਥ ਪੀਤੇ ਪਰ ਕੀ ਪਦਾਰਥ ਖਾਣੇ ਤੇ ਪੀਣੇ ਬੰਦ ਹੋ ਗਏ ਨੇ ਕਿਉਂਕਿ ਇਹ ਸਿਲਸਿਲਾ ਤੇ ਤਾਂ ਉਮਰ ਚੱਲਦੇ ਚੱਲਦਾ ਰਹਿਣਾ ਹੈ ਅਸਲ ਗੱਲ ਇਹ ਹੈ ਵੀ ਮੈਸੇਜ ਇਹ ਨਹੀਂ ਵੀ ਸਿੱਖ ਨੂੰ ਹੱੱਚੇ ਪਦਾਰਥ ਖਾਣੇ ਜਾਂ ਪੀਣੇ ਨਹੀਂ ਚਾਹੀਦੇ ਸੈਂਸ ਕੀ ਹੈ ਮੈਂ ਇਹਨਾਂ ਪ੍ਰਾਰਥਾਂ ਦੇ ਛਕਦੇਆਂ ਛਕਾਂਦੇ ਆ ਇੱਕ ਪਦਾਰਥ ਹੈ ਜਿਹੜਾ ਆਤਮਾ ਦੀ ਗਿਜ਼ਾ ਹੈ ਇਹ ਤੇ ਸਰੀਰ ਦੀ ਗਿਜ਼ਾ ਹੈ ਇਹਦੇ ਵਾਸਤੇ ਤੇ ਹਜ਼ੂਰ ਕਹਿੰਦੇ ਨੇ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਜੇ ਇਹਨੂੰ ਪਾਲੇਗਾ ਇਹਨੂੰ ਜੋ ਜਿਸ ਤਰ੍ਹਾਂ ਦੀ ਗਿਜ਼ਾ ਚਾਹੀਦੀ ਉਸ ਤਰ੍ਹਾਂ ਦੀ ਦੇਗਾ ਤੇ ਤਾਈਂ ਰੀੜ ਦੀ ਹੱਡੀ ਸਿੱਧੀ ਕਰਕੇ ਵਾਗਰੂ ਵਾਗਰੂ ਜਪੇਗਾ ਕੀਰਤਨ ਕਰੇਗਾ ਕਥਾ ਹੁਣ ਤੇ ਕਪੈਸਿਟੀ ਘਟ ਗਈ ਹੈ ਗੁਰੂ ਕਾਲ ਵਿੱਚ ਮੈਂ ਇਤਿਹਾਸ ਵਿੱਚੋਂ ਕਈਆਂ ਥਾਵਾਂ ਤੇ ਕਿਤੇ ਕਿਤੇ ਥੋੜੇ ਜਿਹੇ ਇਸ਼ਾਰੇ ਮਾਤਰ ਬੋਲਨੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 3 ਘੰਟੇ ਲਗਾਤਾਰ ਸ਼ਬਦ ਦੀ ਵਿਚਾਰ ਕਰ ਲਿਆ ਕਰਦੇ ਸਨ ਔਰ ਕੋਈ ਸਿੱਖ ਸੱਜਾ ਖੱਬਾ ਗੋਡਾ ਜਿਹੜਾ ਉਹ ਨਹੀਂ ਸੀ ਬਦਲਦਾ ਕਪੈਸਿਟੀ ਸਾਡੀ ਦਿਨ ਬਦ ਦਿਨ ਘਟਦੀ ਜਾਂਦੀ ਔਰ ਘਟਦੀ ਕਿਸ ਤਰ੍ਹਾਂ ਜਿਵੇਂ ਜਿਵੇਂ ਸੁੱਖ ਦੇ ਸਾਧਨ ਆਉਂਦੇ ਜਾਣਗੇ ਅਸੀਂ ਇਹਨੂੰ ਆਰਾਮ ਦੇਂਦੇ ਜਾਾਂਗੇ ਤਿਵੇਂ-ਤਿਵੇਂ ਸਰੀਰ ਜਿਹੜਾ ਉਸ ਤਰ੍ਹਾਂ ਹੈਪਚਲ ਹੁੰਦਾ ਜਾਏਗਾ ਤੋ ਸਰੀਰ ਨੂੰ ਚੰਗੀ ਗਿਜ਼ਾ ਦੇ ਦੇਣੀ ਚੰਗੀ ਗੱਲ ਏ ਗੁਰਮਤ ਮੰਨਾਂ ਨਹੀਂ ਕਰਦੀ ਪਰ ਅਸਲ ਤ੍ਰਿਪਤੀ ਜਿਹੜੀ ਹੈ ਉਹ ਪ੍ਰਮਾਤਮਾ ਦੇ ਨਾਮ ਨਾਲੇ ਔਰ ਜਦੋਂ ਫਿਰ ਉਹ ਮਿਲਦਾ ਹੈ ਉਹਦੇ ਸਾਹਮਣੇ ਫਿਰ ਇਹ ਪਦਾਰਥ ਫਿੱਕੇ ਲੱਗਣ ਲੱਗ ਪੈਂਦੇ ਮੈਨੂੰ ਦੁਹਰਾਈ ਵਾਸਤੇ ਮਾਫ ਕਰ ਦੇਣਾ ਮਾਂ ਨੇ ਪੁੱਤਰ ਨੂੰ ਨਿਮਾਜ ਵਾਲੇ ਪਾਸੇ ਲਾਨ ਲਈ ਸ਼ੱਕਰ ਦਾ ਸਾਰਾ ਲੈ ਲਿਆ ਕੋਈ ਮਾੜੀ ਗੱਲ ਨਹੀਂ ਜੇ ਬੱਚਾ ਸ਼ੁਰੂ-ਸ਼ੁਰੂ ਵਿੱਚ ਥੋੜਾ ਜਿਹਾ ਪ੍ਰੇਰਨਾ ਨਾਲ ਕਿਸੇ ਬਿਸਕੁਟ ਦੀ ਪ੍ਰੇਰਨਾ ਨਾਲ ਕਿਸੇ ਚੰਗੇ ਪਦਾਰਥ ਦੀ ਜਿਹੜਾ ਸਿਹਤ ਦਾ ਨੁਕਸਾਨ ਨਹੀਂ ਕਰਦਾ ਉਹਦਾ ਥੋੜਾ ਝਾਂਸਾ ਦੇ ਕੇ ਬੱਚੇ ਨੂੰ ਗੁਰਦੁਆਰੇ ਭੇਜਣਾ ਸ਼ੁਰੂ ਕਰ ਦਈਏ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਕਿਉਂਕਿ ਇੱਥੇ ਬਹਿ ਕੇ ਹੋ ਸਕਦਾ ਚਾਟ ਲੱਗ ਜਾ ਮੈਨੂੰ ਡਾਡਾ ਚੇਤਾ ਹੈ ਮਾਂ ਸੰਤ ਸੇਵੀ ਸੀਤ ਹੈ ਸੰਤ ਸੇਵੀ ਤੇ ਛੋਟੇ ਹੁੰਦਿਆਂ ਉਹਨੇ ਢਿੰਗੋ ਜੋਰੀ ਦੀਵਾਨਾ ਵਿੱਚ ਲੈ ਜਾਣਾ ਔਰ ਮੈਨੂੰ ਚੇਤਾ ਆਇਆ ਵੀ ਜਿੰਨਾ ਹਾਲਾਂ ਨਾਲ ਮੈਂ دیਵਾਨਾਂ ਦੇ ਵਿੱਚ ਬੈਂਦਾ ਹੁੰਦਾ ਸਾਂ ਉਹ ਕੋਈ ਸੌਖਾ ਕੰਮ ਨਹੀਂ ਸੀ ਜੰਗ ਜਿੱਤਣ ਵਾਲੀ ਗੱਲ ਸੀ ਪਰ ਆਹਸਤਾ ਆਹਸਤਾ ਸਹੀਜੇ ਸਹੀਜੇ ਖੌੜੀ-ਔੜੀ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਗੁਰਦੁਆਰਾ ਸੀਸਗੰਜ ਸਾਹਿਬ ਕਿਉਂਕਿ ਬਹੁਤਾ ਸਮਾਂ ਦਾਸ ਦੀ ਜ਼ਿੰਦਗੀ ਦਾ ਦਿੱਲੀ ਬੀਤਿਆ ਔਰ ਗੁਰਦੁਆਰਾ ਸੀਸਗੰਜ ਸਾਹਿਬ ਗਿਆਨੀ ਮਾਨ ਸਿੰਘ ਚੌਰ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਹੀ ਦਿਨੀ ਕਥਾ ਕਰਦੇ ਹੁੰਦੇ ਸਨ ਟੀਨੇਜਰ ਸਮੇਂ ਔਰ 2 2 3 3 4 4 ਘੰਟੇ ਸੱਚੇ ਪਾਤਸ਼ਾਹ ਨੇ ਐਸਾ ਚੇਟਕ ਲਾਇਆ ਵੀ ਕਈ ਸਾਲ ਇਹ ਸਿਲਸਿਲਾ ਚੱਲਿਆ ਕੀਰਤਨ ਤੇ ਕਥਾ ਦਾ ਪਰ ਜਦੋਂ ਉਹਦੋਂ ਪਹਿਲਾ ਸਮਾਂ ਵੇਖੀਏ ਤੇ ਉਦੋਂ 5 ਮਿੰਟ ਵੀ ਗੁੱਟ ਫੜ ਕੇ ਮਾਂ ਕੋਲ ਬਾਂਦੀ ਸੀ ਜੇ ਭਜਨਾ ਤੇ ਉਹਨੇ ਗੌਰ ਕਰਨਾ ਵੀ ਇਹ ਭਜਨ ਲੱਗਾ ਲਿਹਾਜ਼ਾ ਮਾਂ ਨੇ ਸ਼ੱਕਰ ਦਾ ਲਾਲਚ ਦੇ ਕੇ ਪੁੱਤਰ ਨੂੰ ਨਿਮਾਜ਼ ਅਦਾ ਕਰਨ ਵਾਲੇ ਪਾਸੇ ਪ੍ਰੇਰ ਲਿਆ ਪੁੱਤਰ ਰੋਜ਼ ਨਿਮਾਜ਼ ਪੜ੍ਹਦਾ ਸੀ ਪਰ ਪੜ੍ਹੀ ਕਿੱਥੇ ਜਾਂਦੀ ਸੀ ਇਹਨੂੰ ਥੋੜਾ ਸਮਝ ਲਿਆ ਜੇ ਅਸੀਂ ਨਿਤਨੇਮ ਰੋਜ਼ ਕਰਨੇ ਆ ਕਥਾ ਰੋਜ਼ ਕਰਨੇ ਆ ਮੈਨੂੰ ਕੋਈ ਸੰਕੋਚ ਨਹੀਂ ਕਹਿਣ ਚ ਵੀ ਰੋਜ਼ ਕਥਾ ਨਹੀਂ ਹੁੰਦੀ ਕਦੀ ਕਦੀ ਕਥਾ ਹੁੰਦੀ ਹੈ ਰੋਜ਼ ਤੇ ਇੱਕ ਡਿਊਟੀ ਵਾਂਗੂ ਡਿਊਟੀ ਹੁੰਦੀ ਹੈ ਕਦੀ ਕਦੀ ਸੱਚੀ ਮੁੱਚੀ ਕਥਾ ਹੋ ਜਾਂਦੀ ਹੈ ਨਿਤਨੇਮ ਅਸੀਂ ਤੁਸੀਂ ਰੋਜ਼ ਕਰਨੇ ਆ ਪਰ ਕਦੀ ਕਦੀ ਨਿਤਨੇਮ ਸੱਚੀ ਮੁੱਚੀ ਹੋ ਜਾਂਦਾ ਹੈ ਨਿਮਾਜ਼ ਰੋਜ਼ ਅਦਾ ਕਰਦੇ ਸਨ ਪਰ ਰੋਜ਼ ਨਿਮਾਜ਼ ਅਦਾ ਨਹੀਂ ਸੀ ਹੁੰਦੀ ਅੱਜ ਸੱਚੀ ਮੁੱਚੀ ਨਿਮਾਜ਼ ਅਦਾ ਹੋ ਗਈ ਨਮਾਜ਼ ਅਦਾ ਕਰਦਿਆਂ ਕਰਦਿਆਂ ਉਹ ਲੁਤਫ ਆਇਆ ਉਹ ਆਨੰਦ ਆਇਆ ਮੇ ਮੂੰਹ ਵਿੱਚੋਂ ਨਿਕਲ ਗਿਆ ਵੀ ਮਾਂ ਤੂੰ ਕੋਈ ਕਸਰ ਬਾਕੀ ਨਹੀਂ ਛੱਡੀ ਮੈਨੂੰ ਪਦਾਰਥ ਛਕਾਣ ਵਿੱਚ ਤੂੰ ਮੈਨੂੰ ਸ਼ੱਕਰ ਵੀ ਖਵਾਈ ਤੂੰ ਮੈਨੂੰ ਖੰਡ ਵੀ ਕੌਲੀ 'ਚ ਪਾ ਕੇ ਚਮਚ 'ਚ ਰੱਖ ਕੇ ਦਿੱਤੀ ਤੂੰ ਮੈਨੂੰ ਮਿਸ਼ਰੀ ਵੀ ਖਵਾਈ ਗੁੜ ਵੀ ਖਵਾਇਆ ਤੂੰ ਮੈਨੂੰ ਸੰਘਣਾ ਦੁੱਧ ਖਾਂਗੜ ਮੱਜਾਂ ਦਾ ਉਹ ਵੀ ਪਿਆਇਆ ਉਹਨਾਂ ਦਾ ਆਪਣਾ ਜ਼ਾਇਕਾ ਹੈ ਪਰ ਮਾਂ ਜੋ ਅੱਜ ਨਮਾਜ਼ 'ਚੋਂ ਜ਼ਾਇਕਾ ਆਇਆ ਨਾ ਉਹਦੇ ਸਾਹਮਣੇ ਸਾਰੇ ਫਿੱਕੇ ਨੇ ਔਰ ਬੋਲ ਤੁਹਾਡੇ ਮੂੰਹ ਚੜੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ ਨਿਵਾਤ ਗੁੜ ਮੱਖਿਓਂ ਸ਼ਹਿਦ ਮਾਝਾ ਦੁੱਧ ਕਹਿੰਦੇ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ ਗਰਵਗਨ ਮੈਂ ਜਿਨਾਂ ਉਭਾਰਿਆ ਬਾੜ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉੱਪਰ ਮੁਖ ਅਪਿਆਓ ਬੈਠ ਕੇ ਤੇਰੇ ਬੈਠੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਨੇ ਪਾਜ-ਪਾਜ ਕੇ ਤੇਰੇ ਕੋਲ ਆਉਂਦੇ ਨੇ ਕਦੀ ਇੱਕ ਆਉਂਦਾ ਕਦੀ ਦੂਜਾ ਹੁੰਦਾ ਪਾਪਾ ਜੀ ਨੂੰ ਕੀ ਹੋ ਗਿਆ ਪਰ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲੈ ਹੋ ਤ ਨਾਨਕ ਸੀਜੈ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਜੇ ਪ੍ਰਮਾਤਮਾ ਦੇ ਨਾਮ ਰਸ ਨੂੰ ਚੱਖੇ ਫਿਰ ਤੂੰ ਤ੍ਰਿਪਤ ਹੋਵੇਂ ਤੇ ਜੇ ਪ੍ਰਮਾਤਮਾ ਦੇ ਨਾਮ ਰਸ ਨੂੰ ਨਾ ਚੱਖੇ ਤੇ ਫਿਰ ਦੁਨੀਆਂ ਦੇ ਕੋਈ ਪਦਾਰਥ ਤੈਨੂੰ ਤ੍ਰਿਪਤ ਨਹੀਂ ਕਰ ਸਕਦੇ ਆਨ ਰਸਾ ਜੇਤੇ ਤੈਂ ਚੱਖੇ ਨਿਮਕ ਨਾ ਤ੍ਰਿਸ਼ਨਾ ਤੇਰੀ ਲਾਥੇ ਹੋਰ ਜਿੰਨੇ ਵੀ ਰਸ ਜੀਬ ਚੱਖਦੀ ਏ ਉਹਨਾਂ ਰਸਾਂ ਨਾਲ ਤਨ ਦੀ ਤ੍ਰਿਪਤੀ ਤੇ ਹੋ ਸਕਦੀ ਏ ਵੀ ਮੈਂ ਹੁਣ ਹੋਰ ਪ੍ਰਸ਼ਾਦਾ ਨਹੀਂ ਲੈਣਾ ਮੈਨੂੰ ਦਾਲ ਵੀ ਹੋਰ ਨਹੀਂ ਚਾਹੀਦੀ ਸਬਜ਼ੀ ਵੀ ਹੋਰ ਨਹੀਂ ਚਾਹੀਦੀ ਜਲ ਵੀ ਹੋਰ ਨਹੀਂ ਚਾਹੀਦਾ ਹੋ ਸਕਦਾ ਵੀ ਇੱਕ ਟਾਈਮ ਤੁਸੀਂ ਇਹ ਕਹਿ ਦਿਓ ਵੀ ਹੁਣ ਫਤਿਹ ਪਰ ਉਹ ਜਿਹੜੀ ਫਤਿਹ ਹੈ ਹੈ ਕਿੰਨੇ ਚਿਰ ਵਾਸਤੇ ਤੁਸੀਂ ਮਾਝ ਕੀ ਵਾਰ ਚ ਹਜ਼ੂਰ ਦੇ ਬਚਨ ਪੜ੍ਹਦੇ ਹੋ ਹਜ਼ੂਰ ਕਹਿੰਦੇ ਨੇ ਵੀ ਦੂਜੇ ਬਹੁਤੇ ਰਾਹ ਮਨਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾ ਗੋਤੇ ਖਾਏ ਨਾ ਨਿਕਲੇ ਤੀਜੇ ਮੂਹੀ ਗਿਰਾ ਬੀ ਦੀ ਜਦੋਂ ਸਵੇਰੇ ਉੱਠਨੇ ਆ ਇੱਕ ਤੀਜਾ ਫਿਰ ਸਾਡੇ ਤੇ ਪੀਰੀਅਡ ਆਉਂਦਾ ਮੂੰਹ ਵਿੱਚ ਗਰਾਈਆਂ ਪਾਨੇ ਆ ਤੀਜਾ ਮੂੰਹੀ gira ਕਿਉ ਭੁੱਖ ਤਿਖਾ ਦੋਏ ਪੌਕੀਆਂ ਭੁੱਖ ਤੇ ਪਿਆਸ ਦੋਵੇਂ ਅੰਦਰੋਂ ਪੌਕੇ ਨੇ ਭਾਵ ਸਰੀਰ ਨੇ ਮੰਗ ਕੀਤੀ ਪਿਆਸ ਵੀ ਲੱਗੀ ਏ ਭੁੱਖ ਵੀ ਲੱਗੀ ਏ ਤੇ ਖਾਦਾ ਤੇ ਜਿਹੜਾ ਖਾਦਾ ਉਹਦਾ ਬਣਿਆ ਕੀ ਹਜ਼ੂਰ ਕਹਿੰਦੇ ਨੇ ਖਾਦਾ ਹੋਏ ਸਵਾ ਡਸਟ ਬਣ ਗਿਆ ਯੁਰਨ ਬਣ ਗਿਆ ਉਹ ਪੀ ਖਾਣੇ ਸਿਓ ਦੋਸਤੀ ਹੁਣ ਲਿਆਓ ਹੋਰ ਉਹ ਤੇ ਬ੍ਰੇਕਫਾਸਟ ਸੀ ਲੰਚ ਲਿਆਓ ਲੰਚ ਕਰ ਲਿਆ ਟਾਈਮ ਲੰਘ ਗਿਆ ਹੁਣ ਡਿਨਰ ਲਿਆਓ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਾਮ ਲੇਖ ਰੱਬ ਮੰਗੇਸੀ ਆ ਤੂੰ ਆਹੋ ਕਿਹਰੇ ਕੰਮ ਇਸ ਇੰਜ ਵੀ ਤ੍ਰਿਪਤੀ ਨਹੀਂ ਹੁੰਦੀ ਪਰ ਖਾਸ ਕਰਕੇ ਆਤਮਾ ਦੀ ਤ੍ਰਿਪਤੀ ਮਨ ਦੀ ਤ੍ਰਿਪਤੀ ਜਿਹੜੀ ਏ ਉਹ ਵਾਗਰੂ ਦੇ ਨਾਮ ਨਾਲ ਹੁੰਦੀ ਏ ਹਜ਼ੂਰ ਬਖਸ਼ਿਸ਼ ਕਰਦੇ ਨੇ ਬਿਨਾ ਸੰਤੋਖ ਨਹੀਂ ਕੋ ਉਰਜੈ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਇਸ ਵਾਸਤੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਥੋੜੇ ਸਮੇਂ ਵਾਸਤੇ ਵੀ ਨਿਮਕ ਅੱਖ ਚਮਕਣ ਜਿੰਨਾ ਸਮਾਂ ਵੀ ਤੇਰੀ ਜਿਹੜੀ ਤ੍ਰਿਸ਼ਨਾ ਹੈ ਤੇਰੀ ਭੁੱਖ ਜਿਹੜੀ ਹੈ ਉਹ ਨਹੀਂ ਲੈ ਸਕਦੀ ਕਿਉਂਕਿ ਜਿਹੜੀ ਨਾਮ ਨਾਲ ਭੁੱਖ ਬੁਝਣੀ ਏ ਉਹ ਕਿਸੇ ਹੋਰ ਪਦਾਰਥ ਨਾਲ ਨਹੀਂ ਬੁਝ ਸਕਦੀ ਹਰ ਰਸ ਦਾ ਤੂੰ ਚੱਖੈ ਸਾਦ ਚੱਖ ਤ ਹੋਏ ਰਹੈ ਬਿਸਮਾਦ ਜੇ ਤੂੰ ਹਰੀ ਰਸ ਦਾ ਨਾਮ ਦਾ ਰਸ ਚੱਖੇ ਤੇ ਉਸ ਰਸ ਨੂੰ ਚਖਣ ਤੋਂ ਬਾਅਦ ਤੇਰੀ ਅਵਸਥਾ ਬਿਸਮਾਦ ਵਾਲੀ ਬਣ ਜਾਏਗੀ ਜਿਹਨੂੰ ਜੀ ਸ਼ਾਇਦ ਇਹ ਤੋਂ ਜ਼ਿਆਦਾ ਟੁਕਮਾ ਸ਼ਬਦ ਨਾ ਹੋਵੇ ਜਿਹਨੂੰ ਤੁਸੀਂ ਅੱਧ ਪੁੱਤ ਕਹਿ ਦਿੰਦੇ ਉਹ ਚੀਜ਼ ਜਿਹਦਾ ਕੋਈ ਬਦਲ ਨਹੀਂ ਵੰਡਰਫੁਲ ਵਾਗਰੂ ਸ਼ਬਦ ਜਿਹੜਾ ਹੈ ਸਹੀ ਮਹਿਣਿਆ ਚ ਇਹਦੇ ਵੀ ਉਹ ਸੈਂਸ ਹੋਈ ਹੈ ਜਿਸ ਤਰ੍ਹਾਂ ਛੋਟਾ ਜਿਹਾ ਬੱਚਾ ਉਹ ਕੁਝ ਕਰਦਾ ਹੈ ਜੋ ਸਾਨੂੰ ਉਹਦੇ ਤੋਂ ਉਮੀਦ ਨਹੀਂ ਤੇ ਅਸੀਂ ਕਹਿੰਦੇ ਆ ਵਾਹ ਬਈ ਵਾਹ ਹੁਣ ਜੋ ਗੁਰੂ ਨੇ ਕੀਤਾ ਹੈ ਤੇ ਉਹ ਬਾਅਦੇ ਨਾਲ ਗੁਰੂ ਲੱਗ ਜਾਏਗਾ ਦੋਵੇਂ ਸ਼ਬਦ ਕੁਰਬਾਨੀ ਚ ਵਾਹ ਹਾਹ ਨੂੰ ਹਿਯਾਰੀ ਨਾਲ ਵੀ ਏ ਤੇ ਵਾਹੇ ਕੰਨਾ ਹਾਹਾ ਗੱਗੇ ਔਂਕੜ ਤੇ ਰਾਰੇ ਦਲੋਂਕੜ ਨਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇਹ ਦੋ ਤਰ੍ਹਾਂ ਦੀ ਸਪੈਲਿੰਗ ਜਿਹੜੀ ਆਉਂਦੀ ਏ ਤੋਂ ਵਿਦਵਾਨਾਂ ਦਾ ਇਹ ਮਤ ਇਹ ਵੀ ਜਿਹੜਾ ਵਾਹ ਗੁਰੂ ਏ ਉਹਦੇ ਤੋਂ ਮਰਾਦ ਵੰਡਰਫੁਲੀ ਏ ਜਿੱਥੇ ਜਾ ਕੇ ਮਨੁੱਖ ਵਿਸਮਾਦ ਵਿੱਚ ਚਲਾ ਜਾਏ ਵਾਹ ਬਈ ਵਾਹ ਇੱਕ ਤਾਰ ਦੇ ਉੱਤੇ ਸਰਕਸ ਵਿੱਚ ਕੋਈ ਤੁਰੇ ਤੇ ਗੜਗੜਾਟ ਹੁੰਦੀ ਹੈ ਤਾੜੀਆਂ ਦੀ ਕਿਉਂ ਕਿਉਂਕਿ ਅਸੀਂ ਨਹੀਂ ਤੁਰ ਸਕਦੇ ਸਾਡੇ ਸਾਹਮਣੇ ਕੋਈ ਤੁਰਿਆ ਸਾਡੇ ਵਾਸਤੇ ਉਹ ਬੜੀ ਡਿਫਰੈਂਟ ਗੱਲ ਏ ਬੜੀ ਅਚੰਬੇ ਵਾਲੀ ਗੱਲ ਏ ਇਸੇ ਤਰ੍ਹਾਂ ਜਦੋਂ ਨਾਮ ਰਸ ਚੱਖ ਕੇ ਤੇ ਮਨੁੱਖ ਵਿਸਮਾਦ ਵਿੱਚ ਜਾਂਦਾ ਹੈ ਤੇ ਫਿਰ ਮਨ 'ਚ ਵਿਚਾਰ ਆਉਂਦਾ ਵੀ ਮੈਨੂੰ ਇੱਥੋਂ ਤੱਕ ਪਹੁੰਚਾਇਆ ਕਿੰਨੇ ਤੇ ਫਿਰ ਖਿਆਲ ਹੁੰਦਾ ਗੁਰੂ ਨੇ ਉਹਦੇ ਮੂੰਹ 'ਚੋਂ ਨਿਕਲ ਜਾਂਦਾ ਵਾਹ ਗੁਰੂ ਹਜ਼ੂਰ ਕਹਿੰਦੇ ਨੇ ਜੇ ਹਰੀ ਦੇ ਨਾਮ ਰਸ ਨੂੰ ਚੱਖੇ ਇਨੂੰ ਚੱਖ ਕੇ ਤੂੰ ਵਿਸਮਾਦ ਵਿੱਚ ਜਾ ਸਕਣਾ ਤੂੰ ਆਤਮਿਕ ਆਨੰਦ ਵਿੱਚ ਜਾ ਸਕਣਾ ਆਤਮਿਕ ਅਡੋਲਤਾ ਵਿੱਚ ਪਹੁੰਚ ਸਕਦਾ ਹੈ ਏ ਜਹਬੇ ਤੂੰ ਰਾਮ ਗੁਣ ਗਾ ਨਿਮਕ ਨਿਮਖ ਹਰ 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 ਧਿਆਉ ਏ ਮੇਰੀ ਜੀਬ ਤੂੰ ਪ੍ਰਮਾਤਮਾ ਦੇ ਗੁਣ ਗਾ ਜੀਬ ਦਾ ਅਧਿਆਤਮਕਵਾਦੀਆਂ ਅਨਸਾਰ ਜੋ ਪਰਜੋਜਨ ਹੈ ਉਹ ਨਾਮ ਜਪਣਾ ਹੀ ਹੈ ਜਪ ਸ਼ਬਦ ਵਰਡ ਦਾ ਸਬੰਧ ਜੀਬ ਨਾਲੇ ਤਨ ਨਾਲੇ ਸਿਮਰਨ ਦਾ ਸਬੰਧ ਸੁਰਤ ਨਾਲ ਹੋ ਜਾਂਦਾ ਹੈ ਹਾਲਾਂਕਿ ਜੀਬ ਹੀ ਜਪਦੀ ਜਪਦੀ ਫਿਰ ਥੱਲੇ ਜਾਂਦੀ ਹੈ ਇਹ ਜਿਹੜੀਆਂ ਚਾਰ ਤਰ੍ਹਾਂ ਦੀਆਂ ਬਾਣੀਆਂ ਨੇ ਪਹਿਲੀ ਬਾਣੀ ਦਾ ਸਬੰਧ ਜੀਬ ਨਾਲੇ ਦੂਜੀ ਦਾ ਗਲੇ ਨਾਲੇ ਤੀਜੀ ਦਾ ਹੋਰ ਥੱਲੇ ਤੇ ਚੌਥੀ ਜਿਹੜੀ ਹੈ ਜਿਹਨੂੰ ਤੁਸੀਂ ਧੁਨੀ ਕਹਿ ਦਿੰਦੇ ਪੰਜਾਬੀ ਚ ਅਸੀਂ ਉਹਨੂੰ ਧੁਨੀ ਕਹਿੰਨੇ ਆ ਉਂਝ ਉਹਨੂੰ ਧੁਨੀ ਕਿਹਾ ਜਾਂਦਾ ਹੈ ਉਹ ਆਵਾਜ਼ ਫਿਰ ਆਉਂਦੀ ਹੈ ਉੱਪਰ ਇਹ ਚਾਰ ਤਰ੍ਹਾਂ ਦੀ ਜਿਹੜੀ ਬਾਣੀ ਆਮ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ ਤਰੀਏ